ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਆਨਲਾਈਨ ਈ ਫਾਰਮੇਸੀ ਦੇ ਖਿਲਾਫ ਕੈਮਿਸਟਾਂ ਨੇ 28 ਸਤੰਬਰ ਨੂੰ ਦੇਸ਼ ਵਿਆਪੀ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧ ਚ 21 ਸਤੰਬਰ ਤੋਂ 27 ਸਤੰਬਰ ਤੱਕ ਕਾਲੀਆਂ ਪੱਟੀਆਂ ਲਾ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਹੀ ਸੰਬੰਧ ਚ ਲੁਧਿਆਣਾ ਵਿਖੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਐਮਰਜੈਂਸੀ ਬੈਠਕ ਹੋਈ। ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਰਾਜੀਵ ਸਿੱਗਲ ਅਤੇ ਲੁਧਿਆਣਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਜੀ ਐਸ ਚਾਵਲਾ ਨੇ ਦੱਸਿਆ ਕਿ ਇਸ ਬੈਠਕ ਚ 22 ਜ਼ਿਲ੍ਹਿਆਂ ਦੇ ਪ੍ਰਧਾਨਾਂ ਨੇ ਹਿੱਸਾ ਲਿਆ ਸੀ, ਜਿਸ ਦੌਰਾਨ ਫੈਸਲਾ ਕੀਤਾ ਗਿਆ ਸੀ ਕਿ ਕੈਮਿਸਟ ਦੇ ਸਾਰੇ ਮੈਂਬਰ ਕਾਲੀਆਂ ਪੱਟੀਆਂ ਲਗਾ ਕੇ ਪ੍ਰਦਰਸ਼ਨ ਕਰਨਗੇ, ਜਿਸ ਦੇ ਚੱਲਦੇ 28 ਸਤੰਬਰ ਨੂੰ ਪੂਰਾ ਭਾਰਤ ਬੰਦ ਰਹੇਗਾ। ਸਰ, ਜਿਹੜੀ ਅੱਜ ਦੀ ਮੀਟਿੰਗ ਹੈ ਉਹ ਹੈ ਸਾਡੀ ਆਲ ਇੰਡੀਆ ਦੁਆਰਾ ਜਿਹੜੀ ਅਸੀਂ ਬੰਦ ਦੀ ਕਾਲ ਦਿੱਤੀ ਆਲ ਇੰਡੀਆ ਨੇ ਰਿਗਾਰਡਿੰਗ ਆਨਲਾਈਨ ਈ ਫਾਰਮੇਸੀ, ਉਹਦੇ ਅਗੇਂਸਟ ਅੱਜ ਪੰਜਾਬ ਦੀ ਮੀਟਿੰਗ ਕੀਤੀ ਗਈ, ਜਿਹਦੇ 22 ਦੇ 22 ਡਿਸਟ੍ਰਿਕਟ ਦੇ ਪ੍ਰੈਜੀਡੈਂਟ ਸੈਕਟਰੀ ਨੇ ਪਾਰਟੀਸਪੇਟ ਕੀਤਾ। ਔਰ ਇਹਦੇ 'ਚ ਇਹ ਡਿਸਾਈਡ ਕੀਤਾ ਗਿਆ ਕਿ ਕੱਲ੍ਹ ਸਵੇਰ ਤੋਂ ਲੈ ਕੇ ਸਾਰੇ ਕੈਮਿਸਟ ਔਰ ਉਹਨਾਂ ਦੇ ਜਿੰਨੇ ਵੀ ਮੈਂਬਰਸ ਨੇ ਕਾਲੀਆਂ ਪੱਟੀਆਂ ਲਾ ਕੇ ਅਸੀਂ ਪ੍ਰੋਟੈਸਟ ਕਰਾਂਗੇ, ਅਤੇ 28 ਤਰੀਕ ਨੂੰ ਸਾਰਾ ਪੰਜਾਬ, ਸਾਰਾ ਆਲ ਇੰਡੀਆ ਟੋਟਲ ਬੰਦ ਹੋਏਗਾ। ਔਰ ਜਿਹੜਾ ਕਿ ਸੈਂਟਰ ਗੌਰਮੈਂਟ ਕਾਨੂੰਨ ਬਣਾਉਣ ਜਾ ਰਹੀ ਹੈ ਆਨਲਾਈਨ ਈ ਫਾਰਮੇਸੀ ਦਾ, ਜਿਹਦਾ ਨੋਟੀਫਿਕੇਸ਼ਨ ਇਸ਼ੂ ਹੋ ਚੁੱਕਾ ਹੈ, ਔਰ 12 ਤਰੀਕ ਨੂੰ ਉਹਨਾਂ ਦੇ 45 ਦਿਨ ਕੰਪਲੀਟ ਹੋ ਜਾਣਗੇ, ਉਸ ਤੋਂ ਬਾਅਦ ਇਹ ਕਿਸੇ ਦਿਨ ਵੀ ਕਾਨੂੰਨ ਬਣ ਸਕਦਾ। ਤਾਂ ਉਹ ਜਿਹੜੇ ਸਾਡੇ ਸਾਰੇ ਆਲ ਇੰਡੀਆ ਦੇ ਕਰੀਬ ਕਰੀਬ 8.5 ਲੱਖ ਅਸੀਂ ਮੈਂਬਰ ਹੈਗੇ ਹਾਂ, ਔਰ ਉਸ ਦਿਨ 8.5 ਲੱਖ ਮੈਂਬਰ ਸਾਰਾ ਬੰਦ ਕਰੇਗਾ। ਔਰ ਅਸੀਂ ਜਿਹੜੀ ਆਨਲਾਈਨ ਦਵਾ ਦੀ ਵਿਕਰੀ ਹੈ ਉਹਦੇ ਅਸੀਂ ਬਿਲਕੁਲ ਖਿਲਾਫ ਹਾਂ, ਕਿ ਉਹਦੇ ਨਾਲ ਜੋ ਇੱਕ ਨਸ਼ੇ ਦੀ ਪ੍ਰਵਿਰਤੀ ਦੇ ਜਿਹੜੇ ਸਾਡੇ ਪੰਜਾਬ ਦੇ ਸਪੈਸ਼ਲੀ ਯੂਥ ਨੇ ਉਹਨਾਂ ਨੂੰ ਰੋਕਣ ਵਾਸਤੇ, ਇੱਕ ਜਿਹੜੀ ਅਬੋਰਸ਼ਨ ਕਿੱਟਸ ਆਉਂਦੀਆਂ ਨੇ ਉਹਨਾਂ ਦੇ ਮਿਸਯੂਜ਼ ਨੂੰ ਰੋਕਣ ਵਾਸਤੇ, ਔਰ ਜਿਹੜੀ ਡੁਪਲੀਕੇਸੀ ਮੈਡੀਸਨ ਹੈ, ਕਿਉਂਕਿ ਆਨਲਾਈਨ ਸਸਤੀ ਦਵਾਈਆਂ ਦਿੰਦੇ ਨੇ ਲੋਕ, ਉਹਦੇ ਵਿੱਚ ਡੁਪਲੀਕੇਟ ਮੈਡੀਸਨ ਦਾ ਕੋਈ ਥੋੜ੍ਹ ਨਹੀਂ ਹੈਗਾ, ਔਰ ਕੋਈ ਅਥੈਂਟੀਕੇਸ਼ਨ ਨਹੀਂ ਹੈ, ਔਰ ਡੁਪਲੀਕੇਟ ਨੇ ਕਿ ਓਰੀਜਨਲ ਨੇ, ਕਿਉਂਕਿ ਜਿਹੜੀ ਵੀ ਸਾਡੀ ਮੈਡੀਸਨ ਹੈ ਉਹ ਸੈਂਟਰ ਗੌਰਮੈਂਟ ਉਹਨਾਂ ਦੇ ਰੇਟ ਫਿਕਸ ਕਰਦੀ ਹੈ। ਅਗਰ ਆਨਲਾਈਨ ਇਤਨਾ ਸਸਤਾ ਦੇ ਰਹੇ ਨੇ ਤਾਂ ਉਹ ਸਾਨੂੰ ਲੱਗਦਾ ਕਿ ਉਹ ਡੁਪਲੀਕੇਟ ਮਾਲ ਮੈਕਸੀਮਮ ਵਿਕਦਾ। ਸੋ ਅਸੀਂ ਸਾਰੇ ਵੀਰ ਮਿਲ ਕੇ ਇਸ ਚੀਜ਼ ਦਾ ਅਸੀਂ ਪੁਰਜ਼ੋਰ ਵਿਰੋਧ ਕਰਦੇ ਹਾਂ, ਔਰ ਅਸੀਂ ਉਮੀਦ ਕਰਦੇ ਹਾਂ ਕਿ ਸੈਂਟਰ ਗੌਰਮੈਂਟ ਸਾਡੇ ਸਾਰੇ ਇੰਡੀਆ ਦੀ ਆਵਾਜ਼ ਸੁਣੇਗੀ, ਔਰ ਈ ਲਾਈਨ ਔਨ ਫਾਰਮੇਸੀ ਜਿਹੜੀ ਮੈਡੀਸਨ ਹੈ ਉਹ ਬੰਦ ਹੋਏ। ਥੈਂਕ ਯੂ। ਕੈਮਿਸਟ ਨੇਤਾ ਰਾਕੇਸ਼ ਕਾਲੜਾ ਨੇ ਦੱਸਿਆ ਕਿ ਪੰਜਾਬ ਵਿੱਚ ਕਰੀਬ 24,000 ਕੈਮਿਸਟ ਨੇ, ਜਿਨ੍ਹਾਂ ਕੋਲ 2 ਤੋਂ 3 ਕਰਮਚਾਰੀ ਵੀ ਕੰਮ ਕਰਦੇ ਨੇ, ਲੇਕਿਨ ਆਨਲਾਈਨ ਫਾਰਮੇਸੀ ਨਾਲ ਉਹਨਾਂ ਦਾ ਕੰਮ ਵੀ ਠੱਪ ਹੋ ਸਕਦਾ ਹੈ, ਜੋ ਕਿ 48,000 ਤੋਂ ਲੈ ਕੇ 72,000 ਲੋਕ ਬੇਰੁਜ਼ਗਾਰ ਹੋ ਜਾਣਗੇ, ਜੋ ਕਾਰੋਬਾਰ ਕੁਝ ਹੀ ਪਰਿਵਾਰ ਤੱਕ ਸੀਮਿਤ ਹੋ ਕੇ ਰਹਿ ਜਾਵੇਗਾ। ਇਸ ਦੇ ਇਲਾਵਾ ਆਨਲਾਈਨ ਫਾਰਮੇਸੀ ਉੱਤੇ ਸਰਕਾਰ ਵੱਲੋਂ ਵੀ ਕੋਈ ਨਿਗਰਾਨੀ ਨਹੀਂ ਰੱਖੀ ਜਾ ਰਹੀ। ਔਰ ਅੱਜ ਤੋਂ ਐਮਰਜੈਂਸੀ ਮੀਟਿੰਗ ਦੇ ਸਾਰੇ ਪ੍ਰਧਾਨ ਸੈਕਟਰੀ ਨੇ ਵਿਸ਼ਵਾਸ ਦਵਾਇਆ ਕਿ ਜਿਸ ਤਰ੍ਹਾਂ ਕਿ ਅਸੀਂ 30 ਤਰੀਕ ਦੀ ਸਟ੍ਰਾਈਕ ਕੀਤੀ ਸੀ, ਉਸੇ ਤਰੀਕੇ ਦੀ ਸਟ੍ਰਾਈਕ ਅਸੀਂ ਜਿਹੜੀ ਹੈ ਸਾਡੀ 28 ਤਰੀਕ ਨੂੰ ਹੀ ਹੋਏਗੀ। ਗੌਰਮੈਂਟ ਰੋਜ਼ ਨਵੇਂ ਤੋਂ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ। ਹੁਣੇ ਹੀ ਹਾਈ ਕੋਰਟ ਨੇ ਇੱਕ ਆਰਡਰ ਪਾਸ ਕੀਤਾ ਹੈ ਕਿ 328 ਦਵਾਈਆਂ ਜਿਹੜੀਆਂ ਦਵਾਈਆਂ ਮੈਂ ਉਹ ਸਾਲਟਾਂ ਦੇ ਵਿੱਚ ਕਹਿੰਦਾ ਕਿ ਉਹਨਾਂ ਨੇ ਬੰਦ ਕਰ ਦਿੱਤਾ ਇਮੀਡੀਏਟਲੀ, ਔਰ ਸਾਡੀਆਂ ਦੁਕਾਨਾਂ ਦੇ ਉੱਤੇ 328 ਤਾਂ ਸਾਲਟ ਨੇ, ਔਰ ਹਜ਼ਾਰਾਂ ਕੰਪਨੀਆਂ ਉਹ ਜਿਹੜੀਆਂ ਦਵਾਈਆਂ ਬਣਾਉਂਦੀਆਂ ਪਈਆਂ। ਸਾਡੀ ਰੋਜ਼ੀ ਰੋਟੀ ਦੇ ਉੱਤੇ ਅੱਗੇ ਹੀ ਇੰਨੀ ਮੁਸ਼ਕਲਾਂ ਆ ਚੁੱਕੀਆਂ ਹੈ। ਅਸੀਂ ਪਤਾ ਨਹੀਂ ਕਿਸ ਤਰੀਕੇ ਸੇ ਸਾਡੇ ਜਿਹੜੇ ਕੈਮਿਸਟ ਵੀਰ ਨੇ 24,000 ਆਪਣੀ ਰੋਜ਼ੀ ਰੋਟੀ ਨਾਲ ਗੁਜ਼ਾਰਾ ਕਰ ਰਹੇ ਨੇ। ਅਗਰ ਈ ਫਾਰਮੇਸੀ ਇਹ ਅਲਾਓ ਕੀਤੀ ਗਈ, ਇਹ ਸਾਡਾ 8.5 ਲੱਖ ਜਿਹੜਾ ਕੈਮਿਸਟ ਹੈ ਹਿੰਦੁਸਤਾਨ ਦੇ ਵਿੱਚ, ਅਤੇ ਉਹਨਾਂ 'ਤੇ ਜਿਹੜਾ ਪਰਿਵਾਰ ਪਲਦਾ, 20 ਲੱਖ ਪਰਿਵਾਰ ਹੈ, ਇਹ ਪੂਰਾ ਸੜਕਾਂ ਦੇ ਉੱਪਰ ਆ ਜਾਏਗਾ, ਜਿਹੜਾ ਕਿ ਸਾਨੂੰ ਵਿਸ਼ਵਾਸ ਹੈ। ਸਾਡੀ ਪੂਰੀ ਜਿਹੜੀ ਮਾਰਕੀਟ ਹੈ 28 ਤਰੀਕ ਨੂੰ ਬੰਦ ਰਹੇਗੀ, ਔਰ ਸੁਵਿਧਾ ਲਈ ਸਾਨੂੰ ਮੁਸ਼ਕਲਾਂ ਜਿਹੜੀਆਂ ਆਉਣ ਵਾਲੀਆਂ ਉਹਦੇ ਲਈ ਵੀ ਅਸੀਂ ਸਾਰੇ ਪ੍ਰਧਾਨ ਸੈਕਟਰੀਆਂ ਨੂੰ ਰਿਕੁਐਸਟ ਕੀਤਾ ਹੈ ਕਿ ਅਗਰ ਉਸ ਦਿਨ ਕੋਈ ਐਮਰਜੈਂਸੀ ਆਵੇ ਉਹਨਾਂ ਨੂੰ ਮੈਡੀਸਨ ਦੇਣ ਦਾ ਵੀ ਉੱਥੇ ਇੰਤਜ਼ਾਮ ਕੀਤਾ ਜਾਵੇ, ਉਹ ਵੀ ਅਸੀਂ ਪ੍ਰਧਾਨ ਸੈਕਟਰੀ। ਇਹ ਸਾਡਾ ਸੱਦਾ ਜੀ, ਪਹਿਲਾਂ ਤਾਂ 20 ਤੋਂ 27 ਤੱਕ ਕਾਲੀਆਂ ਪੱਟੀਆਂ ਲਾ ਕੇ ਅਸੀਂ ਗੌਰਮੈਂਟ ਨੂੰ ਇੱਕ ਮੈਸੇਜ ਦੇਣਾ ਹੈ ਵੀ ਅਸੀਂ ਸਟ੍ਰਾਈਕ 'ਤੇ ਜਾ ਰਹੇ ਹਾਂ, ਜਿਹੜੀ ਕਿ 28 ਸਤੰਬਰ ਨੂੰ ਹੋਏਗੀ, ਅਤੇ ਅਗਰ ਸਰਕਾਰ ਸਾਡੀ ਗੱਲ ਨਹੀਂ ਚਾਹੁੰਦੀ ਤਾਂ ਉਸ ਤੋਂ ਬਾਅਦ ਅਸੀਂ ਫਿਰ ਦੁਬਾਰਾ ਬੈਠਾਂਗੇ ਅਤੇ ਫਿਰ ਗੱਲ ਕਰਾਂਗੇ ਵੀ ਕੀ ਅੱਗੋ ਪਲਾਨ ਬਣਾਉਣਾ ਹੈ। ਇਹ ਸਾਡੀ ਜਿਹੜੀ ਸਟ੍ਰਾਈਕ ਹੈ ਆਨਲਾਈਨ ਦੇ ਖਿਲਾਫ ਹੈ, ਕਿਉਂਕਿ ਆਨਲਾਈਨ ਦੇ ਵਿੱਚ ਜਿਹੜੀਆਂ ਮੈਡੀਸਨ ਆ ਰਹੀਆਂ ਉਹ ਕੁਛ ਦੁਰਉਪਯੋਗ ਹੋ ਰਹੀਆਂ, ਕੁਛ ਨਸ਼ਿਆਂ 'ਤੇ ਵੀ ਯੂਜ਼ ਹੋ ਰਹੀਆਂ, ਜਿਹੜੀ ਸਰਕਾਰ ਉਸ ਵੱਲ ਧਿਆਨ ਨਹੀਂ ਦੇ ਰਹੀ ਹੈ। ਜਦਕਿ ਆਪਾਂ ਜਦੋਂ ਬੈਠਦੇ ਹਾਂ, ਇੱਕ ਫਾਰਮਾਸਿਸਟ ਬੈਠਦਾ ਉਹ ਸੇਲ ਕਰਦਾ, ਉਹੀ ਸਭ ਕੁਝ ਸਮਝਾਉਂਦਾ ਵੀ ਕਿਸ ਤਰ੍ਹਾਂ ਦਵਾਈ ਖਾਣੀ ਹੈ ਅਤੇ ਕਿਸ ਤਰ੍ਹਾਂ ਦਵਾਈ ਦੀ ਵਰਤੋਂ ਕਰਨੀ ਹੈ। ਜਦਕਿ ਆਨਲਾਈਨ 'ਤੇ ਕੀ ਹੁੰਦਾ, ਕਸਟਮਰ ਕੋਈ ਵੀ ਪਰਚੀ ਚਾਹੇ 3 ਜਗ੍ਹਾ 'ਤੇ ਕਰ ਦੇਵੇ ਅਤੇ ਉੱਥੋਂ ਦਵਾਈ ਮੰਗਵਾ ਸਕਦਾ, ਅਤੇ ਉਹਦੇ ਨਾਲ ਇੱਕ ਪ੍ਰੋਬਲਮ ਹੋਰ ਆ ਜਾਂਦੀ ਹੈ ਵੀ ਨਾ ਕੋਈ ਸਮਝਾਉਣ ਵਾਲਾ ਉਹਨਾਂ ਨੂੰ ਦਵਾਈ ਵੀ ਦਵਾਈ ਕਿਸ ਤਰ੍ਹਾਂ ਖਾਣੀ ਹੈ,
ਜਿਹੜਾ ਬੰਦਾ ਜਿਹੜਾ ਆ ਰਿਹਾ ਦੇਣ ਉਹ ਕੋਈ ਅਨਟ੍ਰੇਡ ਬੰਦਾ ਹੋਏਗਾ ਜਿਹੜਾ ਨਾ ਸਮਝਾ ਸਕੇਗਾ ਤੇ ਨਾ ਕੁਝ ਕਰ ਪਾਏਗਾ। ਲੁਧਿਆਣਾ ਤੋਂ ਸੁਰਿੰਦਰ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।